जी ये ने जी अपने लवप्रीत वीर हैं जिन्हों की हैगी है जी 13 तरीक में डेपुटेशन जिमें तुम सारे पता है तो वीरे माड़ा जहा सारे दसो भी तेरे की होया शुरू तो लैके हूँ तक जो भी होया सारा जहा दस दो है वीडियो के सारे वाहेगुरू जी का खालसा वाहेगुरू जी की फतेह जी। वैसे लगभग काफ़ी वीडियोज़ स्पीचा है ना अपलोड हो गई होनगियां सोशल मीडिया से पर फिर भी मेरा भी गल कहता सी अजे भी लोगों को क्लियरिटी नहीं आ रही तो मैं बस आही मैं एक बाई के सलाह ना वीडियो बनाने लगे भी क्लियरिटी थोड़ी जी आवे भी किदा की होया जिदा हूँ सब को पता ही है कि एजेंट जब फेक ऑफर लैटर दिता है बच्चा फिर कनेडा आता है जब तो उस बाद उन्हें रजिस्ट्रेशन करवानी होंगी है और रजिस्ट्रेशन करवाने तो 2-3 दिन पहला बच्चे को फोन आता एजेंट वालों मैनिपुलेट करता है भी तू कॉलेज नहीं जाना ये करना वो करना वो रीज़न जेडे दिता बड़े जेन्युइन रीज़न दिता है हाँ जी भी स्ट्राइक होगी डेफर हो गया या सीटा फुल हो गई वो बच्चा मान लैंदा है फिर वो स्टडी करते हैं अपने किसी होर कॉलेज फिर वर्क परमिट भी जाते हैं फिर वर्क परमिट तो बाद मेरा भी PR की फाइल अपनी वह लाने फिर उस टाइम जब पता चलता है कि ये बच्चे की फेक ऑफर लड़ रहे हैं वो ऑलरेडी बेचारे ने कितना टाइम अपना स्पेंड कर लिया और जिंदगी का प्रीशियस टाइम उन्होंने स्पेंड कर लिया तो उन्होंने अपने किन्नी उन्होंने बड़ी इनवैसटमेंट है पैसा या सारा कुछ एक परिवार बन जाता और फिर हूँ जब उस तो बाद फिर कहने भी तुम जाना पैना आ ये तो मेरा फिर ना इंसाफी है एक तरीके की है ना तो पर कई बच्चे उस सिचुएशन इदा के सके कुछ कुछ ने डिसाइड किया भी असी कॉलेज में अप्रोच करा मैं भी उन्होंने एक सगा भी मैं कॉलेज चलो अप्रोच की उत्थे समझ जी नहीं लगी कॉलेज में भी समझ नहीं लगी मैंने भी समझ नहीं लगी क्योंकि उस टाइम बड़ी नवी चीज़ सी इन्नी अवेयरनैस नहीं सी हूँ तो बहुत अवेयरनैस हो गई है भी ये की होया वो फिर 2-3 महीने इदा ही लंघ गए कॉलेज ने कोई प्रॉपर जवाब नहीं दिता मैं भी एजेंट ने तो की देना सी मिसलीड करी जाता सी ते मेरा फिर मेन कैंपस के जो मेन कैंपस है कॉलेज का उत्थे मैं ईमेल पाउना आ केड़ा कॉलेज सी मेरा लैम्पटन कॉलेज सी मेरा लैम्पटन कॉलेज ਤੁਹਾਡੇ ਏਜੰਟ ਨੇ ਦਵਾਇਆ ਸੀ ਜਿਹੜਾ ਲੈਪਟਾਪ ਏਜੰਟ ਨੇ ਦਵਾਇਆ ਸੀ ਮੇਰਾ ਵੀਰ ਹਾਂ ਤੇ ਉਹ ਮੇਨ ਕੈਂਪਸ ਨੂੰ ਆਪਾਂ ਪਾਈ ਦੀ ਪਾਇਆ ਮੈਂ ਈਮੇਲ ਪਾਈ ਫਿਰ ਉੱਥੇ ਜਿਹੜੇ ਡੀਨ ਸੀਗੇ ਉਹਨਾਂ ਨੇ ਅਪਾਇੰਟਮੈਂਟ ਫਿਕਸ ਕੀਤੀ ਜਦ ਉੱਥੇ ਅਪਾਇੰਟਮੈਂਟ ਤੇ ਜਾਣਾ ਮੇਰਾ ਵੀਰ ਫਿਰ ਉਹ ਉੱਥੇ CBSE ਨੇ ਇਨਵੋਲਵ ਕਰ ਲਾਣੇ ਫਿਰ ਉੱਥੇ ਮੇਤੇ ਕੇਸ ਪੈਂਦਾ ਮੈਂ ਸਿਰਫ ਲੱਗ ਜਾਂਦੀ ਮੇਤੇ ਮੈਂ ਕਾਫੀ ਸਮਾਂ ਲੱਗਦਾ ਹੈ ਬਾਈ ਫਿਰ ਉਹ ਵੇਖ ਕੇ ਲੜਾਈਆਂ ਕੋਰਟ ਕਚਹਿਰੀ ਦੇ ਚੱਕਰ ਫਿਰ ਉਹ ਹੁੰਦਾ ਇੱਕ ਸਮਾਂ ਕਾਫੀ ਫਿਰ ਮੈਂ ਉਹ ਕੇਸ ਹਾਰ ਜਾਂਦਾ ਹਾਂ ਅੱਛਾ ਜੀ ਹਾਂਜੀ ਕਿਉਂਕਿ ਉਹ ਕੋਰਟ ਫਿਰ ਇਹ ਦੇਖਦੇ ਉਹ ਕਹਿੰਦੇ ਉਹ ਇਹ ਨਹੀਂ ਦੇਖਦੀ ਵੀ ਕਿਸੇ ਤੋਂ ਗਲਤੀ ਕਿਹਦੀ ਆ ਉਹ ਦੇਖਦੇ ਵੀ ਗਲਤੀ ਤਾਂ ਹੋਈ ਆ ਪਰ ਕਿਹਨੇ ਕਰੀ ਆ ਮੈਨੂੰ ਫਰਕ ਨਹੀਂ ਪੈਂਦਾ ਅਤੇ ਫਿਰ ਉਹ ਲੜਾਈ ਫਿਰ ਅੱਗੇ ਤੱਕ ਜਾਂਦੀ ਆ ਫਿਰ ਮੈਂ ਇੱਕ TRP ਐਪਲੀਕੇਸ਼ਨ ਹੁੰਦੀ ਆ ਉਹ ਮੈਂ ਅਪਲਾਈ ਕਰਦਾ ਹਾਂ ਸਟੱਡੀ ਪਰਮਿਟ ਦੇ ਨਾਲ ਪੂਰੀ ਪ੍ਰੋਪਰ ਪ੍ਰਪੇਅਰ ਕਰਕੇ ਆਪਣੇ ਲਾਇਰ ਦੇ ਨਾਲ ਮੇਰਾ ਲਾਇਰ ਵਧੀਆ ਹੁੰਦਾ ਟੋਰਾਂਟੋ 'ਚ ਵਾਲਡਮਨ ਵਧੀਆ ਲਾਇਰ ਆ ਅਤੇ ਉਹਨੂੰ ਫਿਰ ਜਦ ਮੈਂ ਸਮਝਾਈ ਸਿਚੁਏਸ਼ਨ ਉਹਨਾਂ ਨੇ TRP ਫਾਈਲ ਮੇਰੀ ਲਾਈ ਉਹ ਮੇਰੀ ਗੋਥਰੂ ਹੋ ਜਾਂਦੀ ਆ ਗੋਥਰੂ ਹੋ ਜਾਂਦੀ ਆ ਫਿਰ ਮੈਂ ਪੜ੍ਹਾਈ ਕਰਦਾ ਹਾਂ ਪੜ੍ਹਾਈ ਕਰਨ ਤੋਂ ਬਾਅਦ ਜਦ ਵਰਕ ਪਰਮਿਟ ਅਪਲਾਈ ਕੀਤਾ ਆ ਉਹ ਫਿਰ ਬੈਕ ਟੂ ਸੇਮ ਟਰੈਕ ਫਿਰ ਇਹੀ ਚੱਕਰ ਪੈ ਜਾਂਦਾ ਅਤੇ ਹੁਣ ਸਵਾਲ ਇਹ ਹੈ ਵੀ ਉਹ ਜਦ ਤੱਕ ਇਹ ਕੇਸ ਜਿਹੜਾ ਮਿਸਰੈਪ ਦਾ ਕੇਸ ਹੈ ਮੇਰੇ ਕੋਲ ਜਦ ਤੱਕ ਇਹ ਨਹੀਂ ਹਟਦਾ ਜਦ ਤੱਕ ਕੋਈ ਹੱਲ ਨਹੀਂ ਹੋਣਾ ਹੁਣ ਸਾਡੀ ਗੱਲਬਾਤ ਹੋ ਰਹੀ ਆ ਕਾਫੀ ਪੋਲੀਟੀਸ਼ੀਅਨਸ ਸਾਹਮਣੇ ਆ ਰਹੇ ਨੇ ਸਟੈਪ ਆਊਟ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਚੱਲ ਰਹੀ ਆ ਉਹ ਕਹਿ ਰਹੇ ਨੇ ਵੀ ਹੱਲ ਕੱਢਾਂਗੇ ਆਪਾਂ ਹੁਣ ਜਿੱਦਾਂ ਤੁਸੀਂ ਦੇਖਿਆ ਜਾਂ ਵੀਡੀਓਜ਼ ਦੇ ਵਿੱਚ ਵੀ ਦੇਖਿਆ ਹੀ ਆ ਗੁਰਪ੍ਰਤਾਪ ਕੂਰ ਭਾਜੀ ਆਏ ਨੇ ਅਤੇ ਪੈਟਰਿਕ ਬਰਾਊਨ ਜੀ ਵੀ ਹੁਣ ਆਏ ਨੇ ਅਤੇ ਮੇਰਾ ਭਰਾ ਆ ਉਹ ਉਹਨਾਂ ਨੂੰ ਤਾਂ ਮੈਂ ਪਹਿਲਾਂ ਤੋਂ ਜਾਣਦਾ ਆਇਆ ਸੀ ਗੁਰਦੁਆਰੇ ਇਕੱਠੇ ਸੇਵਾ ਕਰਦੇ ਹੁੰਦੇ ਸੀਗੇ ਇਕਵਿੰਦਰ ਗਹੀਰ ਉਹ ਵੀ ਆਏ ਨੇ ਡਿਕਸੀ ਗੁਰੂ ਘਰ ਅਸੀਂ ਕਿੰਨੀ ਸੇਵਾ ਕੀਤੀ ਇਕੱਠੇ ਜਾਣੇ ਨੇ ਉਹ ਬੜਾ ਖੁਸ਼ ਹੋਇਆ ਖੁਸ਼ ਵੀ ਹੋਇਆ ਵੀ ਪਰ ਮੇਰਾ ਭਰਾ ਆਇਆ ਪਰ ਉਹਨੂੰ ਦੁੱਖ ਵੀ ਕਿਤੇ ਨਾ ਕਿਤੇ ਲੱਗਿਆ ਵੀ ਇਹ ਇਸ ਪ੍ਰੋਬਲਮ 'ਚ ਫਸਿਆ ਹੋਇਆ ਆ ਹਾਂਜੀ ਅਤੇ ਪਰ ਹੁਣ ਉਹ ਕਹਿੰਦੇ ਵੀ ਜਿੱਥੇ ਤੱਕ ਹੋਊਗਾ ਅਸੀਂ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ ਇਸ ਚੀਜ਼ ਅਤੇ ਹੁਣ ਬਸ ਆਹੀ ਉਮੀਦ ਹੈ ਹੋਰ ਤੁਸੀਂ ਕੋਈ ਮੈਸੇਜ ਦੇਣਾ ਚਾਹੋਗੇ ਆਪਣੀ ਆਡੀਅੰਸ ਨੂੰ ਹਾਂਜੀ ਮੇਰਾ ਵੀਰ ਮੈਸੇਜ ਮੇਰਾ ਵੀਰ ਸਭ ਨੂੰ ਆਹੀ ਹੈ ਵੀ ਵੱਧ ਚੜ ਕੇ ਆਪਾਂ ਇਕੱਠ ਕਰਨਾ ਹੈ ਉਰੇ ਜਿੰਨਾ ਆਪਾਂ ਜ਼ਿਆਦਾ ਜੁੜਾਂਗੇ ਉਨਾ ਹੀ ਆਪਾਂ ਜ਼ਿਆਦਾ ਪ੍ਰੈਸ਼ਰ ਕ੍ਰੀਏਟ ਕਰ ਸਕਦੇ ਹਾਂ ਪਰ ਇੱਕ ਤਰੀਕਾ ਹੁੰਦਾ ਆ ਉਹ ਚੀਜ਼ ਕਰਨ ਦਾ ਵੀ ਇੱਕ ਪ੍ਰੋਪਰ ਡਿਸਿਪਲਿਨ ਦੇ ਨਾਲ ਪ੍ਰੋਪਰ ਹੈ ਨਾ ਪੇਸ਼ੈਂਸ ਦੇ ਨਾਲ ਔਰਗਨਾਈਜ਼ ਤਰੀਕੇ ਨਾਲ ਆਪਾਂ ਸਾਰਾ ਕੁਝ ਕਰਨਾ ਆ ਅਤੇ ਮੈਂ ਵਾਰ ਵਾਰ ਇਹੀ ਕਹਿੰਦਾ ਵੀ ਜਿਹੜੀ ਪ੍ਰੋਟੈਸਟ ਹੈਗੀ ਹੈ ਮੇਰਾ ਵੀ ਪੀਸਫੁਲ ਪ੍ਰੋਟੈਸਟ ਆ ਇਹ ਜਿਹੜੀ ਪੀਸਫੁਲ ਪ੍ਰੋਟੈਸਟ ਦਾ ਮਤਲਬ ਇਹ ਵੀ ਆਪਾਂ ਮੈਸੇਜ ਕਨਵੇ ਕਰਨਾ ਆ ਆਪਾਂ ਕੋਈ ਹੜਦੰਗਬਾਜ਼ੀ ਨਹੀਂ ਕਰਨੀ ਕੋਈ ਨਿਊਸੈਂਸ ਕ੍ਰੀਏਟ ਨਹੀਂ ਕਰਨੀ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਟ੍ਰੈਫਿਕ ਨੂੰ ਕਿਸੇ ਨੂੰ ਵੀ ਅਤੇ ਨਾ ਹੀ ਮੇਰਾ ਵੀਰ ਆਪਾਂ ਕੋਈ ਇਹੋ ਜਿਹੀ ਗੱਲ ਕਰਨੀ ਆ ਕੋਈ ਸ਼ਬਦਾਵਲੀ ਵਰਤਣੀ ਆ ਜਿਹੜੀ ਆਪਣਾ ਨੈਗੇਟਿਵ ਪ੍ਰਭਾਵ ਪਾਊਗੀ ਕਮਿਊਨਿਟੀ 'ਤੇ ਜਾਂ ਕਿਸੇ ਪਾਸੇ ਵੀ ਸੋ ਬਸ ਆਹੀ ਮੇਰੀ ਬੇਨਤੀ ਹੈ ਮੇਰਾ ਵੀਰ ਜੇ ਤੁਸੀਂ ਸਪੋਰਟ ਕਰਦੇ ਤਾਂ ਮੇਰਾ ਵੀਰ ਇਹ ਚੀਜ਼ ਨੂੰ ਜ਼ਰੂਰ ਧਿਆਨ 'ਚ ਰੱਖਿਓ ਜਦ ਵੀ ਮੋਰਚੇ 'ਚ ਆਉਂਗੇ ਆਪਣਾ ਡਿਸਿਪਲਿਨ ਔਰਗਨਾਈਜ਼ ਅਤੇ ਪੇਸ਼ੈਂਸ ਜ਼ਰੂਰ ਬਣਾ ਕੇ ਰੱਖਣੇ ਆ ਅਤੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹਾਂ ਸੰਗਤ ਦੇ ਮੂਹਰੇ ਸਿਰ ਝੁਕਦਾ ਹੈ ਮੇਰਾ ਜੋ ਤੁਸੀਂ ਉਰੇ ਆਉਣੇ ਆ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਲਈ ਆਉਣੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਅਤੇ ਬਸ ਮੈਂ ਇਹੀ ਗੱਲ ਕਰਨੀ ਚਾਹੂੰਗਾ ਕਿ ਆਪਾਂ ਜਿੱਤ ਦੇ ਬਹੁਤ ਕਰੀਬ ਹਾਂ ਜੀ ਖੁਸ਼ਖਬਰੀ ਆਪਾਂ ਨੂੰ ਕਦੇ ਵੀ ਮਿਲ ਸਕਦੀ ਹੈ
तो आप जितांगे 100% जितांगे। तुसी संगत साढ़े नाल, संगत परमात्मा का रूप होंगी है, वो जे संगत साढ़े नाल जुड़ गई आ तो हम असी जित अपनी पक्का आ। तो बस आप इस चीज़ में हमेशा ख्याल रखिए। तो जे कोई अपन लगता है भी आप परेशान आ, या तुम्हें लगता भी किसी भी तरीके, क्योंकि असं मोर्चा जिदा लगे आ बहुत बच्चे यह जे जे डिप्रैसड से, स्ट्रैसड से, आइसोलेटड से, डिप्रैशन से, साढ़े को आने साढ़े नाल गलबात करते हैं, वो उन्हों का मूड होर हो जाता है। भावें उन्होंने प्रॉब्लम इमीग्रेसन की नहीं है कि कोई होर आ, परसनल या प्रोफेसनल है, कोई भी आ, स्ट्रैस का स्ट्रैस है, डिप्रैशन का डिप्रैशन है, है ना। ये चीज़ है भी कोई भी जो लाइफ थोड़े कोई प्रॉब्लम चलती है मेरा भीर, उन्होंने इदा ना लो भी जिंदगी खत्म होगी। आप हमेशा कोई ना कोई हल निकलता आ, जिन्ना गुरबाणी पढ़ सकते गुरबाणी पढ़ो, तो जिन्ना मेरा भीर सेवा कर सकते सेवा करो सच्चे मन के नाल, तो जिंदगी का हर एक मसला सॉल्व हो सकता है मेरा भीर। परमात्मा का भरोसा रखो। वाहेगुरू जी का खालसा, वाहेगुरू जी की फतेह।